ਇੱਕ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਨੇ ਚੋਰੀ ਕੀਤੀ ਤੇ ਫਿਰ ਕਾਬੂ ਵੀ ਆ ਗਏ। ਇਹ ਹੈੱਡ ਗ੍ਰੰਥੀ ਗੁਰਦੁਆਰਾ ਸਾਹਿਬ ਦੇ ਮੋਟਰਸਾਈਕਲ ਚੋਰੀ ਕਰਦੇ ਫੜੇ ਗਏ। ਕਿੰਨੇ ਮੋਟਰਸਾਈਕਲ ਚੋਰੀ ਕੀਤੇ? ਅਸਿਕਾਲ ਪੰਜਾਬ ਅਨਕਟ ਦੇਖ ਰਹੇ ਹੋ ਤੁਸੀਂ, ਮੈਂ ਕਰਨ ਹਾਂਡਾ। ਕੋਈ ਵੇਲਾ ਹੁੰਦਾ ਸੀ ਜਦੋਂ ਗੁਰੂ ਨੂੰ ਮਾਪਿਆਂ ਤੋਂ ਵੀ ਰੱਬ ਤੋਂ ਵੀ ਵੱਡਾ ਦਰਜਾ ਦਿੱਤਾ ਜਾਂਦਾ ਸੀ। ਖਾਸ ਤੌਰ 'ਤੇ ਜੇਕਰ ਉਹ ਗੁਰੂ, ਉਹ ਅਧਿਆਪਕ, ਉਹ ਟੀਚਰ ਤੁਹਾਡਾ ਗੁਰਦੁਆਰੇ ਦੇ ਗ੍ਰੰਥੀ ਹੋਣ। ਪਰ ਅੱਜ ਕੁਝ ਅਜਿਹੀ ਖਬਰ ਲੈ ਕੇ ਆਏ ਹਾਂ ਜਿਸ ਨੂੰ ਸੁਣ ਕੇ ਤੁਸੀਂ ਵੀ ਦੰਗ ਰਹਿ ਜਾਓਗੇ, ਜਿੱਥੇ ਇੱਕ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਨੇ ਚੋਰੀ ਕੀਤੀ ਅਤੇ ਫਿਰ ਕਾਬੂ ਵੀ ਆ ਗਏ। ਕਿਸੇ ਨੂੰ ਬੁਰਾ ਕਰਨ ਤੋਂ, ਚੋਰੀਆਂ ਕਰਨ ਤੋਂ ਰੋਕਣਾ ਟੋਕਣਾ ਤਾਂ ਕੀ, ਗੁਰੂ ਦੇ ਲੜ ਤੱਕ ਕੀ ਲਾਉਣਾ, ਗੁਰਬਾਣੀ ਦੇ ਲੜ ਤੱਕ ਕੀ ਲਾਉਣਾ, ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਤਾਂ ਕੀ ਦੇਣੀ। ਇਹ ਹੈੱਡ ਗ੍ਰੰਥੀ ਗੁਰਦੁਆਰਾ ਸਾਹਿਬ ਦੇ ਮੋਟਰਸਾਈਕਲ ਚੋਰੀ ਕਰਦੇ ਫੜੇ ਗਏ ਅਤੇ ਤਸਵੀਰਾਂ ਦੇ ਵਿੱਚ ਸ਼ਰੇਆਮ ਕੈਦ ਵੀ ਹੋ ਗਏ। ਖਬਰ ਸਾਹਮਣੇ ਆਈ ਹੈ ਫਾਜ਼ਿਲਕਾ ਤੋਂ, ਜਿੱਥੇ ਹੈੱਡ ਗ੍ਰੰਥੀ ਗੁਰਦੁਆਰਾ ਸਾਹਿਬ ਦੇ, ਫਾਜ਼ਿਲਕਾ ਸ਼ਹਿਰ ਦੇ ਗੁਰਦੁਆਰਾ ਦੇ ਹੈੱਡ ਗ੍ਰੰਥੀ ਸਿਵਲ ਹੋਸਪਿਟਲ ਦੇ ਵਿੱਚੋਂ ਮੋਟਰਸਾਈਕਲ ਚੋਰੀ ਕਰਦੇ ਨਜ਼ਰ ਆਏ ਅਤੇ ਫਿਰ CCTV ਫੁਟੇਜ ਜਦੋਂ ਖੰਗਾਲੀ ਗਈ ਤਾਂ ਇਹਨਾਂ ਦਾ ਚਿਹਰਾ ਸਾਹਮਣੇ ਆ ਗਿਆ। ਪੁਲਿਸ ਨੇ ਹੁਣ ਗ੍ਰਿਫਤਾਰੀ ਵੀ ਕੀਤੀ ਹੈ। ਇਹ ਸਾਰੀ ਘਟਨਾ ਕਿਵੇਂ ਵਾਪਰੀ, ਇਹ ਕਿਵੇਂ ਫੜੇ ਗਏ ਅਤੇ ਕਿਉਂ ਇੱਕ ਹੈੱਡ ਗ੍ਰੰਥੀ ਹੋ ਕੇ ਚੋਰੀ ਕਰਨੀ ਪਈ ਜਾਂ ਕੀ ਇਸ ਦੇ ਪਿੱਛੇ ਵਜ੍ਹਾ ਸੀ, ਆਓ ਜਾਣਦੇ ਹਾਂ ਕੀ ਕਹਿ ਰਹੇ ਨੇ ਜਿਨ੍ਹਾਂ ਦਾ ਮੋਟਰਸਾਈਕਲ ਚੋਰੀ ਹੋਇਆ ਅਤੇ ਕੀ ਕਹਿ ਰਹੇ ਨੇ ਹੈੱਡ ਗ੍ਰੰਥੀ ਅਤੇ ਪੁਲਿਸ ਵਾਲੇ। ਜਿਹੜਾ ਇਹਨਾਂ ਦਾ ਮੋਟਰਸਾਈਕਲ ਆ ਉਹ ਇਹਦੇ ਨਾਲ ਹੋਰ ਬੰਦਾ ਦੱਸਦਾ ਹੈਗਾ, ਉਹਦੇ ਕੋਲੇ ਆ ਇਹ, ਉਹ ਬੰਦੇ ਦੀ ਵੈਰੀਫਾਈ ਕਰਾਂਗੇ, ਉਹ ਬੰਦਾ ਦੱਸੂਗਾ ਕਿਹੜਾ, ਫਿਰ ਉਹਨੂੰ ਵੀ ਪ੍ਰਾਪਤ ਹੋਸਪਿਟਲ ਤੋਂ। ਚਲੋ, ਕਿੰਨੇ ਮੋਟਰਸਾਈਕਲ ਚੋਰੀ ਕੀਤੇ? ਅੱਛਾ ਜੀ, ਕਦੋਂ ਕੀਤਾ ਸੀਗਾ ਜੀ? ਕੱਲ। ਅੱਛਾ, ਕਮੈਂਟ ਸੈਕਸ਼ਨ 'ਚ ਤੁਸੀਂ ਆਪਣੇ ਵਿਚਾਰ ਰੱਖ ਸਕਦੇ ਹੋ। ਪੂਰੀ ਘਟਨਾ ਤੁਹਾਡੇ ਮੂਹਰੇ ਰੱਖੀ ਹੈ, ਜਿੱਥੇ ਵਾਰ ਵਾਰ ਚਰਚਾ ਹੁੰਦੀ ਹੈ ਕਿ ਧਰਮ ਪਰਿਵਰਤਨ ਕਿਉਂ ਹੋ ਰਹੇ ਨੇ, SGPC ਨੇ ਕੰਮ ਸਹੀ ਨਹੀਂ ਕੀਤਾ, ਗੁਰਦੁਆਰਿਆਂ ਨੇ, ਗੁਰਦੁਆਰੇ ਦੇ ਵਿੱਚ ਜੋ ਲੋਕ ਬੈਠੇ ਨੇ, ਸਾਡੇ ਗ੍ਰੰਥੀ ਬੈਠੇ ਨੇ, ਉਹਨਾਂ ਨੇ ਕੰਮ ਸਹੀ ਨਹੀਂ ਕੀਤਾ, ਤਾਂ ਹੁਣ ਹੋਰ ਵੀ ਵੱਡੇ ਸਵਾਲ ਖੜ੍ਹੇ ਹੁੰਦੇ ਨੇ ਕਿ ਸਿੱਖਿਆ ਤਾਂ ਤੁਸੀਂ ਕਈ ਸਹੀ ਪ੍ਰਚਾਰ ਨਹੀਂ, ਚੋਰੀਆਂ ਤੱਕ ਉੱਤਰ ਆਏ ਸਾਡੇ ਗੁਰਦੁਆਰਿਆਂ ਸਾਹਿਬ ਦੇ ਹੈੱਡ ਗ੍ਰੰਥੀ। ਕਮੈਂਟ ਸੈਕਸ਼ਨ 'ਚ ਵਿਚਾਰ ਜ਼ਰੂਰ ਲਿਖੋ। ਪੰਜਾਬ ਅਨਕਟ ਦੇਖਦੇ ਰਹੋ, ਧੰਨਵਾਦ। ਸਿਵਲ ਹੋਸਪਿਟਲ ਤੋਂ। ਚਲੋ, ਕਿੰਨੇ ਮੋਟਰਸਾਈਕਲ ਚੋਰੀ ਕੀਤੇ? ਅੱਛਾ ਜੀ, ਕਦੋਂ ਕੀਤਾ ਸੀਗਾ ਜੀ? ਕੱਲ। ਅੱਛਾ, ਤੇ ਕਿੰਨਾ ਮੋਟਰਸਾਈਕਲ ਕੀਤਾ ਸੀਗਾ? ਪਤਾ ਨਹੀਂ ਭਾਜੀ, ਇਸ ਤੋਂ ਪਹਿਲਾਂ ਵੀ ਕਿਤੇ ਕਰਦੇ ਸੀ?